ਹੁਣੇ ਮੰਗਾ ਲਓ ਕੀ ਮੰਗਾਉਣਾ ਮੁੜ ਕੇ ਕੁਛ ਨਹੀਂ ਮਿਲਣਾ ਕੀ ਮੰਗਾਉਣਾ ਪੂਰਾ ਖੰਡ ਵਗੈਰਾ ਕੁਛ ਕਹਿੰਦੇ ਪਏ ਆ ਹੋਰ ਮੁੜ ਕੇ ਸਮਾਨ ਲੈ ਕੇ ਬਹਿ ਜੀਏ ਕੋਈ ਚੀਜ਼ ਲੱਭੇ ਨਾ ਔਖਾ ਹੋਊਗਾ ਹੈਲੋ ਗਾਈਸ ਦੱਸਣਾ ਵੀ ਹੁੰਦਾ ਨਾ ਬੰਦੇ ਨੂੰ ਪਰ ਠੀਕ ਆ ਸ਼ਾਲ ਵਧੀਆ ਸੋਹਣਾ ਲੱਗਦਾ ਤੇਰੀ ਮੈਂ ਰੋਟੀ ਲੱਗ ਰਹੀ ਹੈ ਅੰਕਾ ਨਾਲ ਰੋਟੀ ਲੱਗ ਰਹੀ ਕਿਊਟ ਲੱਗਦੀ ਵੀ ਹੈ ਕਿਊਟ ਯੂ ਆਰ ਸੁਪਰ ਕਿਊਟ ਯੈਸ ਸਸਟੀਕਾ ਜੀ ਸਾਰਿਆਂ ਨੂੰ ਇਹ ਮੈਨੂੰ ਯਾਦ ਆ ਗਿਆ ਆਪਣਾ ਸਭ ਤੋਂ ਪਹਿਲਾ ਵਲੌਗ ਵਿੱਚ ਮੈਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਨਹੀਂ ਲਈ ਇਹ ਮੈਨੂੰ ਯਾਦ ਆ ਓਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੇ ਸੈਟਰਡੇ ਬਹੁਤ ਵਧੀਆ ਹੋਣਗੇ ਤੇ ਵੈਲਕਮ ਬੈਕ ਔਨ ਅਰ ਯੂਟਿਊਬ ਚੈਨਲ ਨਵਿੰਦਰ ਵਲੌਗਸ ਤੇ ਮੈਨੂੰ ਪਤਾ ਤੁਸੀਂ ਸਾਰੇ ਭਰ ਭਰ ਕੇ ਗੁੱਸੇ ਵਾਲੀਆਂ ਉਹ ਵੀ ਕਹਿ ਸਕਦੇ ਹੋ ਤੁਸੀਂ ਵਲੌਗ ਨਹੀਂ ਪਾਉਂਦੇ ਵਲੌਗ ਨਹੀਂ ਪਾਉਂਦੇ ਵਲੌਗ ਨਹੀਂ ਪਾਉਂਦੇ ਲਾਈਫ 'ਚ ਨਾ ਇੰਨਾ ਮੈਸ ਹੋਇਆ ਪਿਆ ਖਿਚੜੀ ਕੜਾਹ ਪਤਾ ਨਹੀਂ ਕੀ ਬਣਿਆ ਕੀ ਬਣਿਆ ਮੈਂ ਨਾ ਬਾਬਾ ਜੀ ਨੂੰ ਕਿਹਾ ਸੀ ਸਾਨੂੰ ਇੰਨਾ ਬਿਜ਼ੀ ਕਰ ਦਿਓ ਨਾ ਸਾਨੂੰ ਟਾਈਮ ਹੀ ਨਾ ਲੱਗੇ ਮੈਂ ਕਿਹਾ ਇੰਨੇ ਨੇੜੇ ਹੋ ਗਏ ਸਾਡੇ ਲਈ ਵੀ ਸੱਚੀ ਟਾਈਮ ਨਹੀਂ ਲੱਗਦਾ ਸਹੀ ਗੱਲ ਹੈ ਨਾ ਵੈਸੇ ਉਦੋਂ ਬਾਅਦ ਟਾਈਮ ਹੀ ਨਹੀਂ ਲੱਗ ਰਿਹਾ ਜਿਹੜਾ ਅੱਜ ਦਾ ਵਲੌਗ ਆ ਇਹ ਮੈਨੂੰ ਪਤਾ ਹੀ ਨਹੀਂ ਕਦੋਂ ਸਟਾਰਟ ਕਰ ਲਿਆ ਪਰ ਕਰ ਲਿਆ ਤੇ ਗਾਜਰਾਂ ਮੈਂ ਡੈਡੀ ਨੂੰ ਕਿਹਾ ਮੇਰੇ ਡੈਡੀ ਗਾਜਰਾਂ ਮੈਂ ਲੈ ਲੈਣਾ ਖੋਆ ਮੈਂ ਲੈ ਲੈਣਾ ਤੇ ਘਿਓ ਮੈਂ ਲੈ ਲੈਣਾ ਅੱਛਾ ਤੇ ਉਹ ਕਹਿੰਦੇ ਵੀ ਨਹੀਂ ਉਹ ਵੀ ਕਿਉਂ ਵੀ ਇਕੱਲੀਆਂ ਗਾਜਰਾਂ ਡੈਡੀ ਕਹਿੰਦੇ ਡੈਡੀ ਆ ਗਏ ਯੈਸ ਆ ਜਾਈ ਮੈਂ ਕੀ ਕਰਦੇ ਬੱਚਾ ਪਾਰਟੀ ਹਾਂਜੀ ਸਾਡੇ ਡੈਡੀ ਆਏ ਹੁੰਦੇ ਆ ਗੇਟ ਤੇ ਡੈਡੀ ਕਹਿੰਦੇ ਭਾਈ ਵੀ ਨਾ ਉਹ ਕਰ ਲੋ ਵੀ ਗਾਜਰਾਂ ਮੈਂ ਲੈ ਲੈਣਾ ਬਾਕੀ ਸਮਾਨ ਤੁਸੀਂ ਲਿਓ ਵਲੌਗ ਬਣ ਰਹੇ ਤੇ ਡੈਡੀ ਕਹਿੰਦੇ ਬਸ ਫਿਰ ਡੈਡੀ ਕਹਿੰਦੇ ਸਮਾਨ ਆ ਪਿਆ ਸਮਾਨ ਡੈਡੀ ਭੱਜ ਰਹੇ ਬਾਹਰ ਮੈਂ ਨਹੀਂ ਆਣਾ ਵਲੌਗ ਹਮਾਰੇ ਪਾਪਾ ਐਸੇ ਹੀ ਹੈ ਤੇ ਫਿਰ ਐਂ ਕਰਦੇ ਆ ਹੁਣ ਸਾਰੇ ਜਣੇ ਨਾ ਮਿਸਟਰ ਐਂਡ ਮਿਸਿਸ ਦੇਵਗਨ ਚੈਨਲ ਤੇ ਅਸੀਂ ਉਹਨਾਂ ਦੀ ਵੈਬ ਸੀਰੀਜ਼ ਚ ਆਏ ਆ ਅਮੀਰ ਭੈਣ ਗਰੀਬ ਭੈਣ ਹਾਂਜੀ ਸੀਜ਼ਨ 2 ਯੈਸ ਸੀਜ਼ਨ 2 ਦੇ ਵਿੱਚ ਅਸੀਂ ਆਏ ਆ ਤੇ ਸਾਰੇ ਜਣੇ ਜ਼ਰੂਰ ਦੇਖਿਓ ਸਾਰੇ ਜਣੇ ਜ਼ਰੂਰ ਦੇਖਿਓ ਉਹਨਾਂ ਦਾ ਪੇਜ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਕਰਿਓ ਤੇ ਜ਼ਰੂਰ ਦੱਸਿਓ ਸਾਡਾ ਉਹਦੇ ਵਿੱਚ ਜਿਹੜਾ ਜੋ ਵੀ ਆ ਰੋਲ ਵਗੈਰਾ ਕੈਰੈਕਟਰ ਜੋ ਵੀ ਅਸੀਂ ਪਲੇ ਕੀਤਾ ਹਾਂ ਵੀ ਇਸ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਕੁਝ ਨਵਾਂ ਕੈਰੈਕਟਰ ਹੋ ਤੇ ਸਾਡਾ ਦੇਖ ਕੇ ਜ਼ਰੂਰ ਤੇ ਸਾਡੇ ਚੈਨਲ ਨੂੰ ਵੀ ਜਲਦੀ ਜਲਦੀ ਸਬਸਕ੍ਰਾਈਬ ਕਰ ਲਓ ਉਹ ਵਿਚਾਰੇ ਉੱਥੇ ਹੀ ਖੜੇ ਨੇ ਪਲੀਜ਼ ਆਈ ਨੋ ਅਸੀਂ ਉੱਤੇ ਕੰਟੀਨਿਊ ਨਹੀਂ ਕਰ ਰਹੇ ਕੁਝ ਵੀ ਬਟ ਇੱਕ ਵਲੌਗ ਆਲਰੇਡੀ ਸ਼ੂਟ ਕੀਤਾ ਪਿਆ ਹੈ ਉਹ ਵੀ ਅਸੀਂ ਪੋਸਟ ਕਰ ਦਾਂਗੇ ਬਹੁਤ ਜਲਦੀ ਬਸ ਹੁਣ ਆਪਾਂ ਲੈਣ ਜਾਣਾ ਗਾਜਰਾਂ ਯਾ ਚੱਲੀਏ ਨਾ ਤੂੰ ਜਾਣਾ ਤੂੰ ਐ ਕਰ ਤੂੰ ਮੈਂ ਨੂੰ ਕੰਮ ਕਰ ਲੈ ਡੈਡੀ ਨਾਲ ਸਮਾਨ ਲਿਆ ਤੇ ਅੱਛਾ ਡੈਡੀ ਨਾਲ ਤੁਸੀਂ ਨਹੀਂ ਜਾ ਸਕਦੇ ਮੈਂ ਫਿਰ ਗੁਰਦੁਆਰੇ ਜਾਇਆਂਗਾ ਨਾ ਉਹ ਲੈਣਾ ਸਮਾਨ ਜੇ ਚੱਕ ਹਾਂ ਗੁਰਦੁਆਰੇੋਂ ਪੱਠੀ ਚੱਕ ਕੇ ਲਿਆਉਣੀ ਆ ਤੇ ਗਾਜਰਾਂ ਲਿਆ ਉਹਨਾਂ ਮੈਂ ਐਦਾਂ ਸਾਊਂਡ ਨਹੀਂ ਕਰ ਰਹੇ ਜਿਵੇਂ ਘਰ ਚ ਵਿਆਹ ਤਰੇ ਹੁੰਦਾ ਨੌਕ ਨੌਕ ਹੋ ਗਈ ਨੌਕ ਨੌਕ ਹੋ ਗਈ ਚਲੋ ਆ ਚੱਲਦੇ ਆ ਠੀਕ ਆ ਓਕੇ ਮੰਮੀ ਆ ਗਏ ਦੋ ਜਾਣੇ ਅੱਗ ਪਹਿਲਾਂ ਲਾਉਣੀ ਆ ਅੱਗ ਪਹਿਲਾਂ ਸਿਲੰਡਰ ਲਾ ਯਾਰ ਇਹਦੇ ਨਾਲ ਮੈਂ ਕਹਿੰਦੀ ਉੱਥੇ ਨਾ ਸਹੀ ਸੀ ਪਰ ਨਹੀਂ ਰਹਿਣ ਦੋ ਫਸ ਗਰਮ ਗਰਮ ਨਹੀਂ ਨਹੀਂ ਇਹ ਨਹੀਂ ਗਰਮ ਬਸ ਨਿਕਲ ਗਈ ਯਾਰ ਰਾਮਗੜੀਏ ਆਪਾਂ ਤੋਂ ਹੀ ਝੱਟ ਪਲਾਨ ਆ ਜਾਂਦਾ ਲੈ ਨਿਕਲ ਗਈ ਬਸ ਕਿਤਨੀ ਕੁ ਬਾਤ ਸੀ ਹਾਂ
ਲਾਉਣੀ ਆਉਂਦੀ ਆ, ਚੱਕੀ ਤਾਂ ਐਵੇਂ ਕੜਛੀ ਭੋਰਾ ਕੇ ਲੱਗ ਰਿਹਾ ਇਹਦੇ ਚ ਨਾ, ਇਹ ਸਮਾਨ ਕਿੱਥੇ ਨਹੀਂ ਦੇਖਿਆ ਆ ਰਿਹਾ ਯਾਰ ਸਮਾਨ, ਇੰਨਾ ਸਮਾਨ ਹੈ, ਇਤੂ ਸਾ ਸਮਾਨ ਹੈ, ਬਦਾਮ ਇੰਨੇ ਕਿ ਨੇ, ਹਾਂ ਹਾਂ ਦੋ ਕੀ ਨੇ ਬਸ, ਜਿਹੜੇ ਆ ਬਦਾਮ ਨੇ ਇਹ ਆਪਾਂ ਖਾਵਾਂਗੇ ਰੱਖ ਦੇ ਦੇ। ਕੀ ਹੋ ਰਿਹਾ ਇਹ, ਮੈਂ ਕਿਤੇ ਕਹਿਣ ਲੱਗੇ ਦਿਖਦੇ ਨੇ ਤੈਨੂੰ, ਇਹ ਮੁੰਡਾ ਸਾਰੇ ਕੰਮ ਕਰ ਲੈਂਦਾ ਸਾਡਾ ਸਿਆਣਾ, ਮੰਮੀ ਗੱਲ ਕਰੀ ਮਾੜੇ ਕੈਮਰਾ, ਮੰਮੀ ਹੁਣ ਆ ਜਾਓ ਬੋਲਿਓ, ਇੱਧਰ ਆਇਓ ਆ ਜਾਓ ਹੁਣ ਬੋਲੋ, ਕੋਈ ਡਾਕੂ ਮੰਗਲ ਸਿੰਘ ਹੀ ਬਣ ਗਏ ਦੇਖੀ, ਇੱਦਾਂ ਉਹ ਡਾਕ ਲਿਆ ਕਿਵੇਂ, ਰੋਟੀ ਬਸ ਖਾਣੇ ਆ, ਚਲੋ ਰੋਟੀ ਖਾ ਕੇ ਮਿਲਦੇ ਆ ਫਿਰ, ਗਜਰੇਲੇ ਦੇ ਦੁਆਲੇ ਹੋ ਜਾਣਾ ਸਾਰੇ ਟੱਬਰ ਨੇ, ਠੀਕ ਆ ਨੀ, ਠੀਕ ਆ ਮੰਮੀ, ਠੀਕ ਆ ਮੰਮੀ, ਆਪੇ ਚੱਕ ਕੇ ਚੱਕ ਲਓਗੇ, ਇਹ ਤਾਂ ਕਹੋ ਮੈਂ ਆਪੇ ਹੀ ਚੱਕ ਖਾ ਵੀ ਸਾਰਾ ਆਪੇ ਹੀ ਲਊਗਾ, ਕੋਈ ਨਾ ਵੀ ਲਿਓ, ਓਏ ਬਾਲਾ ਨਾ ਕਰੋ ਤੇਜ਼, ਮੱਠੀ ਮੱਠੀ ਕੱਕ ਚਾਹੀਦੀ ਹੈ, ਗਜਰੇਲਾ ਬਣਾਉਣ ਲਈ ਸੰਪਰਕ ਕੀਤਾ ਜਾਵੇ ਮਿਸਟਰ ਗੁਰੀ ਹੁੰਜਰ ਵਿਦ ਦਿਸ, ਕੀ ਆ ਇਹ ਆਹ ਖੁਰਚਣਾ, ਵਿਦ ਦਿਸ ਕੜਾਹੀ, ਆ ਸਾਰਾ ਸਮਾਨ ਇਹ ਆਪ ਲੈ ਕੇ ਆਉਣਗੇ, ਠੀਕ ਆ ਆਪੇ ਤਾਂ ਹੀ ਗਿਆ, ਤੁਸੀਂ ਨਾਲ ਆਪ ਲੈ ਕੇ ਜਾਓਗੇ ਬਸ, ਬਣਾਉਣ ਬਣਾਉਣ ਦਾ ਉਹ ਲੱਗਾ, ਨਾ ਘੱਟ ਕਰੋ ਕਿੱਡੀ ਆਵਾਜ਼ ਆਉਣ ਲੱਗ ਗਈ, ਸਾਈਡਾਂ ਤੇ ਸੇਕ ਜਾਂਦਾ, ਖੁਸ਼ਕ ਹੋ ਗਿਆ ਮੰਮੀ, ਮੰਮੀ, ਮੰਮੀ ਹੈ ਕਿ ਐਕਸਪ੍ਰੈਸ਼ਨ ਪੂਰੀ ਐ ਵੀ ਮੈਨੂੰ ਤਾਂ ਸੁਣਦਾ ਹੀ ਨਹੀਂ ਪਿਆ, ਹਲੋ ਫਰੈਂਡ ਆ ਲੋ ਹੋ ਜੀ, ਮੈਂ ਨੇ ਡੀਅਰ ਐਂਡ ਡੀਅਰ, ਡੀਅਰ ਐਂਡ ਡੀਅਰ ਕਿਆ ਐ, ਕਿਆ ਬਾਤ ਐ, ਇਹ ਬਸ ਦੀਦੀ ਦਾ ਸੋਹਰਾ ਸਾਹਿਬ ਅੱਛਾ, ਕਿਉਂ ਬੇਟੇ ਕੀ ਡਰਾਈ ਫਰੂਟ ਸੈੱਟ ਦੀ ਸਾਰਾ ਸੈੱਟ ਦੋ ਮੰਮੀ, ਸਾਰੀ 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 ਸਾਰਾ ਉਹ ਕਰਕੇ ਪਾਇਓ ਖਿਲਾਰ ਕੇ ਜੀ, ਜਿਹਨੇ ਖਿਲਾਰ ਕੇ
ਸਾਰੇ ਕਿਤੇ ਸਾਰੇ ਕਿਤੇ ਉਹ ਮੈਂ ਹੁਣ ਕਰ ਦਿੰਦਾ ਹਾਂ ਗੈਸ ਕੋਲੇ ਇਹਨੂੰ ਬੰਦ ਕਰ ਦਿੰਦਾ ਤਰੱਕੀਆਂ ਬਖਸ਼ਿਓ ਬਾਬਾ ਜੀ ਸਾਨੂੰ ਵੀ ਬਖਸ਼ਿਓ ਓਕੇ ਬਈ ਗੁੱਡ ਨਾਈਟ ਹੈਪੀ ਨਿਊ ਈਅਰ ਹੈਪੀ ਨਿਊ ਈਅਰ ਗੁੱਡ ਨਾਈਟ ਗਲਾ ਖਰਾਬ ਹੋ ਗਿਆ ਮੇਰਾ ਮੇਰਾ ਵੀ ਹੋ ਗਿਆ ਮੈਨੂੰ ਲੱਗਦਾ ਜਿਹੜੀ ਮੈਂ ਮੱਖਣ ਵਾਲੀ ਸਬਜ਼ੀ ਖਾਧੀ ਉੱਤੇ ਪਾਣੀ ਪੀ ਲਿਆ ਵੈਰੀ ਗੁੱਡ ਵਲੌਗ ਦੇਖਣਾ ਮੇਰੀ ਨੇ ਮੇਰੇ ਗਾਲਾਂ ਬਹਿ ਗਈਆਂ ਅਤੇ ਮੈਂ ਪਹਿਲੇ ਹੀ ਖੁੱਲ ਖੁੱਲ ਹੱਟ ਗਈ ਚੱਲ ਹੈਲੋ ਕਹਿ ਦਿਓ ਮੀਂਹ ਆਈ ਜਾਂਦੇ ਮੈਨੂੰ ਚਲੋ ਬਾਏ ਬਾਏ ਹੈਪੀ ਨਿਊ ਈਅਰ ਟੂ ਆਲ ਆਫ ਯੂ ਅਤੇ ਰੱਬ ਸਾਰਿਆਂ 'ਤੇ ਮਿਹਰ ਕਰੇ ਸਭ ਨੂੰ ਖੁਸ਼ ਰੱਖੇ ਸਭ ਨੂੰ ਤਰੱਕੀਆਂ ਬਖਸ਼ੇ ਥੈਂਕ ਯੂ ਸੋ ਮੱਚ ਬਾਏ ਬਾਏ